ਕੀੜਾ ਲਿਖੀ ਜਾਂਦੇ ਹੋ ਫਿਰ ਅਸੀਂ ਕਿੱਥੇ ਜਾਵਾਂਗੇ ਅਸੀਂ ਤਾਂ ਫਿਰ ਬਿਲਕੁਲ ਹੀ ਗਏ ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪ੍ਰਗਾਸ ਕਿਆ ਹਮ ਕਿਰਮ ਨਾਨ ਨਿਕ ਕੀਰੇ ਪੜਿਆਈ ਤਾਂ ਉਦੋਂ ਕਰਾਈ ਹੈ ਜਦ ਪੰਥ ਦੀ ਚੜ੍ਹਦੀ ਕਲਾ ਹੋਵੇ ਪੂਰੀ ਪੰਥ ਦਾ ਹਾਲ ਨਹੀਂ ਦੇਖਿਆ ਇੱਥੇ ਹੁਣੇ ਕਹਿ ਰਹੇ ਸੀ ਨੌਜਵਾਨ ਕੇਸ ਕਟਾਈ ਜਾਂਦੇ ਨੇ ਜਰਦੇ ਖਾਈ ਜਾਂਦੇ ਨੇ ਭੁੱਕੀਆਂ ਖਾਈ ਜਾਂਦੇ ਨੇ ਨਸ਼ੇ ਕਰੀ ਜਾਂਦੇ ਨੇ ਨੌਜਵਾਨ ਸਮਝਦੇ ਅਸੀਂ ਖਾਨੀ ਕੀ ਬਣ ਗਏ ਹਾਂ ਉਹ ਜਿਹਦੇ ਚਾਰ ਨਿਆਣੇ ਚਾਰ ਦੇ ਚਾਰੇ ਵਿਗੜੇ ਹੋਣ ਉਹ ਪਿਓ ਮੁੱਛ ਖੜੀ ਕਰਕੇ ਤੁਰ ਸਕਦਾ ਜਿਹਦੇ ਚਾਰੇ ਮੁੰਡੇ ਬਦਮਾਸ਼ ਡਾਕੂ ਅਮਲੀ ਹੋ ਜਾਣ ਜਿਹੜੇ ਸਾਡੇ ਭੈਣ ਭਰਾ ਵੀਰ ਵਿਗੜੇ ਪਏ ਨੇ ਸਾਰੇ ਕੌਮ ਤੋਂ ਟੁੱਟੇ ਪਏ ਬਾਣੀ ਪੜ੍ਹਨ ਨੂੰ ਹਟੇ ਪਏ ਨੇ ਫੈਸ਼ਨਬਾਜ਼ੀ ਚ ਫਸੇ ਪਏ ਨੇ ਤੇ ਮੇਰੇ ਵਰਗਾ ਬੰਦਾ ਟੌਰ ਕੱਢ ਕੇ ਆਖੇ ਵੀ ਮੈਨੂੰ ਮੰਨੋ ਨਹੀਂ ਪਾਵਾਂਗੇ ਬਾਣਾ ਕਿਤੇ ਇਹ ਗੱਲ ਨਹੀਂ ਵੀ ਬਾਣਾ ਨਹੀਂ ਪਾਉਣਾ ਬਾਣਾ ਉਦੋਂ ਪਾਉਣਾ ਜਦੋਂ ਮੈਂ ਸਾਰਿਆਂ ਨੂੰ ਅੰਮ੍ਰਿਤ ਛਕਾ ਲੂੰਗਾ ਜਦ ਸਾਰਿਆਂ ਨੂੰ ਤੁਹਾਨੂੰ ਦੱਸ ਦਊਂਗੇ ਬਾਣੀ ਪੜ੍ਹਨ ਦਾ ਮਹਾਤਮ ਕੀ ਹੈ ਸਵਾ ਸਵਾ ਲੱਖ ਮੂਲ ਮੰਤਰ ਤਾਂ ਤੁਸੀਂ ਹੁਣ ਕਰਨਾ ਹੀ ਕਰਨਾ ਸਾਰਿਆਂ ਨੇ ਕੱਲ ਸਵੇਰੇ ਮੈਨੂੰ USA ਤੋਂ ਫੋਨ ਆਇਆ ਇੱਕ ਬੰਦੇ ਦਾ ਮੈਂ ਕੋਈ ਵਡਿਆਈ ਕਰ ਲਈ ਨਹੀਂ ਇਹ ਦੱਸਦਾ ਵੀ USA ਤੋਂ ਮਤਲਬ ਤੁਹਾਨੂੰ ਵੀ ਪਤਾ ਲੱਗੇ ਕਿੰਨੀ ਦੂਰ ਤੱਕ ਸੰਗਤ ਸੁਣਦੀ ਕਥਾ ਕਹਿੰਦਾ ਜੀ ਤੁਸੀਂ ਦੱਸਿਆ ਦੀਵਾਲੀ ਵਾਲੇ ਦਿਨ ਤੋਂ ਇੱਕ ਦਿਨ ਪਹਿਲਾਂ ਸ਼ਾਮ ਨੂੰ ਹਰਿਮੰਦਰ ਸਾਹਿਬ ਦੀ ਪਰਿਕਰਮਾ ਜਾ ਕੇ ਬਹਿ ਜਾਓ ਜਦੋਂ ਰਾਤ ਨੂੰ 12:01 ਹੋ ਜੇ ਦੀਵਾਲੀ ਆਰੰਭ ਹੋ ਗਈ ਸਮਝ ਲਓ ਉਦੋਂ ਟੂਟੀਆਂ ਤੇ ਇਸ਼ਨਾਨ ਕਰਕੇ ਸਰੋਵਰ ਚ ਇਸ਼ਨਾਨ ਕਰਕੇ ਵਿੱਚ ਬਹਿ ਕੇ ਬਾਣੀ ਪੜ੍ਹੀ ਜਾਓ 2 ਵਜੇ ਤੱਕ ਕਿਉਂਕਿ ਕਿਸੇ ਮਹਾਂਪੁਰਸ਼ ਨੇ ਕੋਈ ਗੁਪਤ ਗੱਲ ਦੱਸੀ ਸੀ ਮੈਂ ਪ੍ਰਗਟ ਕਰਤੀ ਆ ਸੀੜੀਆਂ ਚ ਸਾਰੀਆਂ ਪ੍ਰਗਟ ਹੀ ਕੀਤੀਆਂ ਹੋਈਆਂ ਕਈ ਗੱਲਾਂ ਐਸੀਆਂ ਜਿਹੜੀਆਂ ਦੱਸਣੀਆਂ ਨਹੀਂ ਸੀ ਚਾਹੀਦੀਆਂ ਪਰ ਮੈਂ ਦੱਸ ਹੀ ਦਿੱਤੀਆਂ ਉਹ ਕਹਿੰਦੇ ਰਾਤ ਨੂੰ 12 ਤੋਂ ਲੈ ਕੇ 2 ਵਜੇ ਤੱਕ ਕੁੱਲ ਦੇਵਤਾ ਕੁੱਲ ਤੀਰਥ ਹਰਿਮੰਦਰ ਸਾਹਿਬ ਇਸ਼ਨਾਨ ਕਰਦੇ ਦੀਵਾਲੀ ਵਾਲੀ ਰਾਤ ਕਹਿੰਦੇ ਮੈਂ 12 ਤੋਂ 2 ਰਾਤ ਨੂੰ ਉੱਥੇ ਹੀ ਹੁੰਦਾ ਮੈਂ ਆਪ ਵੀ ਇਸ਼ਨਾਨ ਕਰਕੇ ਉਹਨਾਂ ਦਾ ਫਲ ਬਹੁਤ ਜ਼ਿਆਦਾ ਆ ਦਸੇ ਸਰੂਪ ਉਦਨ ਹਾਜ਼ਰ ਹੁੰਦੇ ਨੇ ਮੈਂ ਕਿਹਾ ਵੀ ਆਪਾਂ ਕੱਲੇ ਹੀ ਕਾਹਨੂੰ ਲਾਹਾ ਲੈਣਾ ਸਾਰੀ ਸੰਗਤ ਨੂੰ ਹੀ ਦੱਸ ਦਿੰਦੇ ਹਾਂ ਉਹ ਬੰਦਾ ਕਹਿੰਦਾ ਜੀ ਮੈਂ ਕਲੀਨ ਸ਼ੇਵ ਹਾਂ ਖਾਂਦਾ ਪੀਂਦਾ ਕੁਛ ਨਹੀਂ ਕੈਸਟਾਂ ਸੁਣ ਸੁਣ ਕੇ ਮੇਰਾ ਜੀਵਨ ਬਦਲਿਆ ਕਿਆ ਜੇ ਮੇਰੇ ਵਰਗਾ ਬੰਦਾ ਉੱਥੇ ਜਾ ਕੇ ਰਾਤ ਨੂੰ 12 ਤੋਂ 2 ਇਸ਼ਨਾਨ ਕਰੂ ਉਹਨੂੰ ਵੀ ਫਲ ਮਿਲੂ ਕਿ ਅੰਮ੍ਰਿਤਧਾਰੀ ਨੂੰ ਮਿਲੂਗਾ ਜੇ ਤਾਂ ਕੋਈ ਕੱਟੜਵਾਦੀ ਜਿਹਾ ਹੁੰਦਾ ਉਹ ਤਾਂ ਕਹਿੰਦਾ ਨਾ ਨਾ ਅੰਮ੍ਰਿਤ ਛਕੇ ਬਿਨਾਂ ਨਹੀਂ ਇੱਥੇ ਕੋਈ ਮਿਲਦਾ ਹੈ ਹਰਿਮੰਦਰ ਸਾਹਿਬ ਦੇ 4 ਦਰਵਾਜ਼ੇ ਤਾਂਹੀਓ ਰੱਖੇ ਚਾਰੇ ਪਾਸੇ ਖੁੱਲ੍ਹੇ ਆ ਪੂਰਬ ਪੱਛਮ ਉੱਤਰ ਹਿੰਦੂ ਮੁਸਲਮਾਨ ਸਿੱਖ ਇਸਾਈ ਉੱਥੇ ਕੋਈ ਬੱਚਾ ਬੁੱਢਾ ਕੋਈ ਆਵੇ ਕਿਸੇ ਧਰਮ ਕਿਸੇ ਕੌਮ ਕਿਸੇ ਜਾਤੀ ਦਾ ਆਵੇ ਹਰਿਮੰਦਰ ਸਾਹਿਬ ਦੇ ਵਿੱਚ ਲਿਖਿਆ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਜੋ ਨਹਾਵੈ ਸੋ ਕੁੱਲ ਤਰਾਵੈ ਉਧਾਰ ਹੋਇਆ ਹੈ ਜੀ ਕਾ ਸੰਤੋ ਰਾਮਦਾਸ ਸਰੋਵਰ ਨੀਕਾ ਉੱਥੇ ਜਿਹੜਾ ਮਰਜ਼ੀ ਨਹਾ ਲੈ ਜਾ ਕੇ ਉਹਦਾ ਹੀ ਭਲਾ ਹੋ ਜਾਣਾ ਮੈਂ ਕਿਹਾ ਭਾਈ ਭਲਾ ਕਿਉਂ ਨਹੀਂ ਹੋਊ ਆਹ ਗੁਰਬਾਣੀ ਹੈ ਇਹਨੂੰ ਕੋਈ ਵੀ ਪੜ੍ਹ ਲੇ ਇਹਨੂੰ ਮੁਸਲਮਾਨ ਪੜ੍ਹ ਲੇ ਇਹਨੂੰ ਹਿੰਦੂ ਪੜ੍ਹ ਲੇ ਈਸਾਈ ਪੜ੍ਹ ਲੇ ਸਿੱਖ ਪੜ੍ਹ ਲੇ ਇਹਨੂੰ ਕੋਈ ਵੀ ਪੜ੍ਹ ਲੇ ਇਹ ਬਾਣੀ ਨੇ ਕੀ ਕਰਨਾ ਖੰਡ ਕੀ ਕਰਦੀ ਖੰਡ ਕਿਤੇ ਸਿੱਖਾਂ ਨੂੰ ਕੌੜੀ ਲੱਗਦੀ ਕਿ ਹਿੰਦੂ ਨੂੰ ਮਿੱਠੀ ਲੱਗਦੀ ਖੰਡ ਸਾਰਿਆਂ ਨੂੰ ਮਿੱਠੀ ਹੋਈ ਲੱਗਦੀ ਹੈ ਦੁੱਧ ਇੱਕੋ ਹੀ ਕੰਮ ਕਰਦਾ ਘਿਓ ਨੂੰ ਸਾਰੀ ਦੁਨੀਆ ਹੀ ਖਾਂਦੀ ਆ ਅਸਮਾਨ ਸਾਰਿਆਂ ਲਈ ਇੱਕੋ ਹੀ ਆ ਧਰਤੀ ਸਾਰਿਆਂ ਲਈ ਇੱਕੋ ਹੀ ਆ ਆਕਸੀਜਨ ਹਰ ਇੱਕ ਬੰਦੇ ਲਈ ਆ ਹਰ ਇੱਕ ਜਾਨਵਰ ਲਈ ਦਰਖਤ ਲਈ ਰੱਬ ਸਾਰਿਆਂ ਦਾ ਸਾਂਝਾ ਹੀ ਆ ਤੇ ਪਾਣੀ ਸਾਰੀ ਧਰਤੀ ਥੱਲੇ ਸਾਰਿਆਂ ਲਈ ਸਾਂਝਾ ਤੇ ਗੁਰਬਾਣੀ ਫਿਰ ਸਾਰਿਆਂ ਲਈ ਸਾਂਝੀ ਹੈ ਇਸ ਕਰਕੇ ਗੁਰਬਾਣੀ ਨੂੰ ਸਾਰੀ ਸੰਗਤ ਪੜ੍ਹੋ ਇਹ ਇੱਕ ਇੱਕ ਜਪਜੀ ਸਾਹਿਬ ਨਾਲ ਨਹੀਂ ਕੁਛ ਬਣਨਾ ਪਰ ਮੈਂ ਦੱਸਦਾ ਇੱਕ ਜਪਜੀ ਸਾਹਿਬ ਦੀ ਵਾਰੀ ਵੀ ਆਉਂਦੀ ਆ ਉਹ ਬਾਅਦ ਚ ਆਉਂਦੀ ਇਹ ਮੇਰੇ ਪ੍ਰੈਕਟੀਕਲ ਨੇ ਜਾਂ ਮਹਾਂਪੁਰਸ਼ਾਂ ਤੋਂ ਸਿੱਖੀਆਂ ਚੀਜ਼ਾਂ ਨੇ ਜਿਹੜੇ ਨੂੰ ਅਸੀਂ ਪਹਿਲਾਂ 101 ਜਪਜੀ ਸਾਹਿਬ ਪੜ੍ਹਨ ਲਾਇਆ ਸੀ ਜਦੋਂ 2-4 ਮਹੀਨੇ ਸਾਲ ਲੰਘ ਗਿਆ ਪੜ੍ਹਦਿਆਂ ਪੜ੍ਹਦਿਆਂ ਅੰਦਰੋਂ ਮਾਂਜਿਆ ਗਿਆ ਪੂਰਾ ਅੰਦਰੋਂ ਰਸ ਆਉਣ ਲੱਗ ਗਿਆ ਉਹ ਕਹਿੰਦਾ ਜੀ ਹੁਣ ਤਾਂ 1 ਜਪਜੀ ਸਾਹਿਬ ਪੜ੍ਹਦਿਆਂ ਪੜ੍ਹਦੇ ਹੀ ਸ਼ਾਮ ਹੋ ਜਾਂਦੀ ਹੈ ਇੰਨਾ ਟਕਾ ਬਣ ਗਿਆ ਮਨ ਦਾ ਮੈਂ ਕਿਹਾ ਇੱਥੇ ਹੀ ਲਿਆਉਣਾ ਸੀ ਅਜੇ ਬੰਜਰ ਜ਼ਮੀਨ ਕਿਸੇ ਨੂੰ ਦੇ ਦਈਏ ਇੱਟਾਂ ਵੱਟਿਆਂ ਵਾਲੀ ਉੱਥੇ ਕਿੰਨਾ ਹਲ ਵਾਹੁਣਾ ਪੈਣਾ
ਪਰ ਬਾਅਦ ਦੇ ਵਿੱਚ ਤਾਂ ਦੇਖੋ ਉੱਥੇ ਫਿਰ ਕੁਛ ਨਹੀਂ ਮਿਹਨਤ ਕਰਨੀ ਪੈਂਦੀ। ਇਸ ਕਰਕੇ ਜਪਜੀ ਸਾਹਿਬ ਦੇ 100 ਪਾਠ ਇਹਨੇ ਵੀ ਨਹੀਂ ਕਰਦੇ ਨਹੀਂ ਬੰਦੇ, ਪਟਿਆਲੇ ਵੀ ਬੈਠੇ, ਲੁਧਿਆਣੇ ਵੀ ਬੈਠੇ ਆ, 100-100 ਵਾਲੇ ਵੀ ਬੈਠੇ ਆ, 50 ਵਾਲੇ ਵੀ ਬੈਠੇ ਆ। ਜੇ ਤੁਸੀਂ ਸਾਰਾ ਦਿਨ ਵਿਹਲੇ ਬਹਿ ਕੇ ਗੱਲਾਂ ਹੀ ਮਾਰਨੀਆਂ, ਉਹਦੇ ਨਾਲੋਂ 25 ਪਾਠ ਜਪਜੀ ਸਾਹਿਬ ਦੇ ਕਰਿਆ ਕਰੋ ਰੋਜ਼। ਜੇ ਤੁਸੀਂ ਬਹਿ ਕੇ ਗੱਲਾਂ ਹੀ ਮਾਰਨੀਆਂ, ਮੂਲ ਮੰਤਰ ਦੀਆਂ 32 ਮਾਲਾ ਤੜਕੇ ਲਓ, ਸ਼ੁਰੂ ਕਰ ਦਿਓ ਤੜਕੇ 3-4 ਵਜੇ, ਤੇ ਰਾਤ ਨੂੰ 10 ਵਜੇ ਤੱਕ 32 ਮਾਲਾ ਨਹੀਂ ਹੋਣਗੀਆਂ। 40 ਦਿਨ ਅਖਬਾਰ ਪੜ੍ਹਨਾ ਛੱਡ ਦਿਓ, ਟੀਵੀ ਛੱਡ ਦਿਓ, ਗੱਲਾਂ ਛੱਡ ਦਿਓ, 32 ਮਾਲਾ ਮੂਲ ਮੰਤਰ ਦੀਆਂ 40 ਦਿਨ ਕਰ ਲਓ। ਰੱਬ ਕਹੂ ਦੱਸ ਕੀ ਕਰਨਾ ਬਈ, ਧੰਨੇ ਦੇ ਨੱਕੇ ਮੋੜ ਤੇ, ਉਹ ਧੰਨਾ ਜੱਟ ਦੇ ਮੋੜ ਤੇ ਤੁਸੀਂ ਨੀ ਰੱਬ ਨੂੰ ਪ੍ਰਗਟ ਕਰ ਸਕਦੇ। ਰੱਬ ਨੂੰ ਕਿਹੜਾ ਆਪਾਂ ਬਲੈਤ ਤੋਂ ਬੁਲਾਉਣਾ, ਰੱਬ ਤਾਂ ਇੱਥੇ ਹੀ, ਰੱਬ ਤੁਹਾਡੇ ਹਿਰਦਿਆਂ ਚ ਬੈਠਾ, ਰੱਬ ਤਾਂ ਤੁਹਾਡੇ ਬਾਹਰ ਹੈ, ਰੱਬ ਤਾਂ ਤੁਹਾਡੇ ਨਾਲ ਹੈ, ਰੱਬ ਤਾਂ ਆਪਣੇ ਕੋਲੇ ਹੈ। ਤੁਸੀਂ ਕਹੋ ਠਾਕੁਰ ਸਿੰਘ ਬੋਲ ਕੇ ਕਥਾ ਕਰ ਗਿਆ, ਤੇ ਆਪ ਮਿੱਟੀ ਦਾ ਨਾਂ ਰੱਖਿਆ ਘਰਦਿਆਂ ਨੇ ਠਾਕੁਰ ਸਿਉਂ, ਠਾਕੁਰ ਸਿਉਂ ਤਾਂ ਨੀ ਬੋਲਦਾ ਹੈ, ਠਾਕੁਰ ਸਿਉਂ ਦਾ ਨਾਂ ਮਿੱਟੀ ਦਾ ਜਿਹੜੀ ਬਾਹਰਲੀ ਆ, ਅੰਦਰ ਜਿਹੜੀ ਆਤਮਾ ਬੋਲਦੀ ਉਹ ਆ, ਉਹ ਰੱਬ ਹੈ। ਆਪਣੇ ਸਾਰਿਆਂ ਦੇ ਅੰਦਰ ਆਤਮਾ, ਆਤਮਾ ਹੀ ਪਰਮਾਤਮਾ ਹੈ, ਪਰ ਉਹ ਮਿਹਨਤ ਨਾਲ ਦੇਖਿਆ ਜਾਂਦਾ। ਇੱਕ ਹੋਰ ਵੀ ਉੱਠੇ ਨਵੇਂ ਧਰਮ ਵਾਲੇ, ਉਹ ਕਹਿੰਦੇ ਆਤਮਾ ਹੀ ਪਰਮਾਤਮਾ, ਜੋ ਮਰਜ਼ੀ ਖਾਓ ਪੀਓ ਕੋਈ ਅਸਰ ਨਹੀਂ ਪੈਂਦਾ, ਉਹ ਤਾਂ ਹੈ ਬਕਵਾਸ, ਨਿਰੀਆਂ ਫਾਲਤੂ ਗੱਲਾਂ। ਮੈਂ ਇਹ ਮੰਨਦਾ ਕਿ ਅੰਦਰ ਆਤਮਾ ਹੈ, ਆਤਮਾ ਹੀ ਪਰਮਾਤਮਾ ਹੈ, ਪਰ ਮੂਲ ਮੰਤਰ ਦੇ ਅਭਿਆਸ ਨਾਲ ਹੌਲੀ ਹੌਲੀ ਅਭਿਆਸ ਕਰਦਿਆਂ ਕਰਦਿਆਂ ਜਦੋਂ ਆਤਮਾ ਅੰਦਰੋਂ ਦਿਖਣ ਲੱਗ ਜਾਂਦੀ ਆ, ਅੰਦਰਲਾ ਪ੍ਰਕਾਸ਼ ਜਦੋਂ ਦਿਖਣ ਲੱਗ ਜਾਂਦਾ ਆਤਮਾ ਦਾ, ਉਹ ਬ੍ਰਹਮ ਚ ਲੀਨ ਹੋ ਜਾਂਦਾ, ਜਿਉਂਦੇ ਜੀ ਉਹਨੂੰ ਕਹਿੰਦੇ ਬ੍ਰਹਮ ਗਿਆਨੀ ਹੈ ਇਹ। ਇਸ ਕਰਕੇ ਸੰਤਨ ਸਿਉਂ ਮੇਰੀ ਲੇਵਾ ਦੇਵੀ, ਸੰਤਨ ਸਿਉਂ ਵਿਵਹਾਰਾ, ਸੰਤਾਂ ਦੇ ਨਾਲ ਹੀ ਸਾਡਾ ਵਿਹਾਰ ਚੱਲਦਾ, ਹੋਰ ਨਾਲ ਅਸੀਂ ਵਿਹਾਰ ਕਰਦੇ ਨੀ ਭਾਈ, ਹੋਰ ਨਾਲ ਵਿਹਾਰ ਕਾਹਦਾ ਕਰਨਾ। ਕੋਈ ਗੰਦਾ ਬੰਦਾ, ਕੋਈ ਕ੍ਰਹਿਤੀਆ ਬੰਦਾ, ਕੋਈ ਮਾੜਾ ਖਾਣ ਵਾਲਾ ਬੰਦਾ, ਕੋਈ ਚੋਰੀ ਕਰਨ ਵਾਲਾ, ਕੋਈ ਹੇਰਾ ਫੇਰੀ ਕਰਨ ਵਾਲਾ, ਉਹਦੇ ਨਾਲ ਨਾ ਕਰੋ ਵਿਹਾਰ। ਜਬ ਲੱਗ ਖਾਲਸਾ ਰਹੇ ਨਿਆਰਾ, ਇਹ ਉਹੀ ਆ, ਤਬ ਲੱਗ ਤੇਜ ਦਿਓ ਮੈਂ ਸਾਰਾ, ਜਬ ਇਹ ਗਾਹ ਵਿਪਰਨ ਕੀ ਰੀਤ, ਮੈਂ ਨਾ ਕਰੋ ਇਨਕੀ ਪ੍ਰਤੀਤ। ਦਸਵੇਂ ਪਾਤਸ਼ਾਹ ਨਾਲ ਆੜੀ ਪਾਉਣੀ ਆ, ਮਿੱਤਰਤਾ ਪਾਉਣੀ ਆ, ਦਸਵੇਂ ਪਾਤਸ਼ਾਹ ਦਾ ਪਿਆਰ ਲੈਣਾ, ਉਹਨਾਂ ਦੀ ਖੁਸ਼ੀ ਲੈਣੀ ਹੈ। ਪੰਜ ਕਕਾਰ ਪਾਲੋ, ਚਾਰ ਕ੍ਰਿਤਾਂ ਛੱਡ ਦਿਓ, ਪੰਜ ਬਾਣੀਆਂ ਪੜ੍ਹ ਲਓ, ਰਹਿ ਰਾਸ ਕੀਰਤਨ ਸੋਹਿਲਾ, ਕੰਘੇ ਦੇ ਕੇਸ ਇੱਕ ਲਿਫਾਫੇ ਚ ਇਕੱਠੇ ਕਰੀ ਜਾਓ, ਸਿੱਟੋ ਨਾ ਪੈਰਾਂ ਚ, ਪੱਗ ਚੁਣ ਕੇ ਬੰਧੋ, ਦਾਤਣ ਰੋਜ਼ ਕਰੋ, ਜਿਹੜੇ ਜਿਹੜੇ ਉਹਨਾਂ ਨੇ ਬਚਨ ਕਹੇ ਨੇ, ਉਹ ਉਹਨਾਂ ਸਾਰੇ ਬਚਨਾਂ ਨੂੰ ਕਮਾ ਕੇ ਆਨੰਦਪੁਰ ਸਾਹਿਬ ਚਲੇ ਜਾਓ, ਡਿਊੜੀ ਚ ਖੜੇ ਹੋਣਗੇ ਦਸਵੇਂ ਪਾਤਸ਼ਾਹ, ਆਹ ਮੇਰਾ ਪੁੱਤ, ਉਹਨੂੰ ਪੁੱਤ ਕਹਿੰਦੇ ਮਹਾਰਾਜ,